ਸੋ ਮੈਂ ਇੱਥੇ ਇੱਕ ਗੱਲ ਲਾਈਵ ਹੋ ਕੇ ਕਹਿੰਦੀ ਪਈ ਹਾਂ, ਅਗਰ ਮੇਰੇ ਬੱਚੇ ਨੇ ਕਦੀ ਇੱਦਾਂ ਦਾ ਕੰਮ ਜਾਂ ਸਾਡੇ ਪਰਿਵਾਰ 'ਚੋਂ ਕਦੀ ਕਿਸੇ ਨੇ ਕਿਸੇ ਕੋਲ ਪੈਸੇ ਲੈਣੇ ਖਾਣੇ ਜਾਂ ਕੁਛ ਇੱਦਾਂ ਦਾ ਕੰਮ ਦਿਓ, ਪਰਮਾਤਮਾ ਦੀ ਮਿਹਰ ਜਿੰਨਾ ਖਾਂਦੇ ਨੇ ਇੱਜ਼ਤ ਨਾਲ ਖਾਂਦੇ ਆ। ਮੇਰਾ ਕੋਈ ਲੈਣਾ ਦੇਣਾ ਉਸ ਇਨਸਾਨ ਨੇ, ਸਾਡੀ ਇੰਨੀ ਇਮੇਜ ਖਰਾਬ ਕੀਤੀ ਨਾ ਸਾਰੇ ਪਾਸੇ, ਜਿਸ ਇਨਸਾਨ ਦੇ ਕਰਕੇ ਸਾਡੇ ਨਾਲ ਸਭ ਕੁਛ ਹੁਣ ਤੱਕ ਹੁੰਦਾ ਪਿਆ ਨਾ, ਤੇ ਮਹਾਮਾਰੀ ਮੈਂ ਕਿਸੇ ਨੂੰ ਸਫਾਈਆਂ ਨਹੀਂ ਦੇ ਸਕਦਾ ਵਾਰ ਵਾਰ, ਭਾਵੇਂ ਮੇਰੀ ਆਈਡੀ ਦੇ ਸਕਰੀਨਸ਼ੋਟ ਆ ਪਰ ਉਹ ਚੈਟ ਨਾ ਮੇਰੀ ਹੈਗੀ ਹੈ, ਨਾ ਮੈਂ ਕੀਤੀ ਹੈ, ਜਿਹਨ ਚੈਟ ਕੀਤੀ ਹੋਈ ਆ ਉਹਨੂੰ ਪਤਾ ਵਾ, ਉਹ ਵੀ ਮੇਰੇ ਬਲੌਗ ਦੇਖਦਾ, ਹਾਲਾਂਕਿ ਉਹਨੂੰ ਸਬਸਕ੍ਰਾਈਬ ਨਹੀਂ ਕਰਦਾ, ਠੀਕ ਹੈ ਨਾ। ਮੈਨੂੰ ਪ੍ਰੂਫ ਦੱਸਣ ਕਿ ਅੰਕੁ ਨੇ ਕਿਸੇ ਨਾਲ ਗੱਲ ਕੀਤੀ, ਅੰਕੁ ਨੇ ਕਿਸੇ ਕੋਲ ਪੈਸੇ ਮੰਗੇ, ਅੰਕੁ ਦੀ ਕੋਈ ਰਿਕਾਰਡਿੰਗ, ਗੂਗਲ ਪੇ ਨੰਬਰ, ਕੋਈ ਲੈਣ ਦੇਣ ਦਾ ਸਿਸਟਮ, ਜਦੋਂ ਸਾਨੂੰ ਪੁੱਛਿਆ ਨਹੀਂ, ਸਾਨੂੰ ਕੁਛ ਸਲਾਹ ਨਹੀਂ, ਤੇ ਜਦੋਂ ਅਗਲਾ ਤੁਹਾਡਾ ਪੈਸੇ ਮਾਰ ਲੈਂਦਾ ਨਹੀਂ ਦਿੰਦਾ, ਤੇ ਫਿਰ ਸਾਡਾ ਨਾਂ ਲੈ ਕੇ ਜੋ ਵੀ ਸਾਨੂੰ ਹੋਸਟ ਕਰਦੇ ਹੋ। ਤੁਸੀਂ ਚੜ੍ਹਾਈ ਦੇਖ ਸਕਦੇ ਹੋ ਤੇ ਬਹੁਤ ਜ਼ਿਆਦਾ ਵਾ, ਤੇ ਇੱਥੇ ਨਾਨੀ ਮੰਮਾ ਦੀ ਹੋ ਚੁੱਕੀ ਆ ਬੱਸ, ਦੇਖਦੇ ਹੀ ਦੇਖਦੇ ਇੰਨਾ ਜ਼ਿਆਦਾ ਰਸ਼ ਹੋਇਆ ਨਾ, ਮੈਂ ਪੂਰੀ ਆਰਤੀ ਅੰਦਰ ਸੁਣਨ ਡਿਆ ਸੀਗਾ, ਤੁਸੀਂ ਦੇਖਿਆ ਹੀ ਹੋਣਾ ਜਦੋਂ ਮੈਂ ਐਂਟਰ ਹੋਇਆ ਸੀਗਾ ਉਦੋਂ ਬਿਲਕੁਲ ਵੀ ਰਸ਼ ਨਹੀਂ ਸੀਗਾ, ਖਾਲੀ ਸੀਗਾ, ਹੁਣ ਦੇਖੋ ਅਚਾਨਕ ਹੀ ਕਿੰਨਾ ਰਸ਼ ਹੋ ਗਿਆ। ਸੋ ਗਾਈਜ਼ ਆਪਾਂ ਪਹੁੰਚ ਚੁੱਕੇ ਹਾਂ ਬੰਗਲਾ ਮੁਖੀ, ਆਪਾਂ ਗਾਈਜ਼ ਐਕਚੁਅਲੀ ਮੰਮੀ ਉੱਥੇ ਗਵਾਚ ਗਏ ਸੀਗੇ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਏ। 2 ਕਿਲੋਮੀਟਰ ਪੈਦਲ ਬਾਹਰ ਕੈਮਰਾ ਬੰਦ ਕਰੋ। ਹਾਂ ਓਕੇ, ਸੀ ਕਹਿੰਦੇ ਦਾੜੀ ਮਾਰੋ ਫੇਰ ਹੋਣਾ, 5 ਮਿੰਟ ਬਾਅਦ ਹੋਣਾ ਹੈਗਾ, ਆਜੋ ਬਾਹਰ ਅੰਦਰ ਤੂੰ ਚਲੇ ਗਿਆ ਲੋ, ਤਾੜੀ ਮਾਰੀ ਹੈ ਨਾ ਉਦੋਂ ਲੈ ਅਸੀਂ ਚੱਲਦੇ ਆ। ਹਾਂ ਯਾਰ ਕੋਲਿੰਗ ਤਾਂ ਹੈਗਾ, ਮੇਰੀ ਤਾੜੀ ਦਾ ਕਮਾਲ ਓਏ ਬੈਠੇ ਨਾ ਵਧੀਆ, ਤਾਂ ਲਾਣੀ ਕਮਾਲ ਜੋ ਉਧਰ ਲੁਕਤਾ ਮੈਂ ਆ ਕਾਲਾ ਵਾਲਾ, ਤੇ ਇਧਰ ਲਈ ਤੁਸੀਂ ਹੋ। ਅੱਛਾ, ਜਦੋਂ ਮੇਰੇ ਘਰ ਜੀ ਨੂੰ ਕੁਝ ਖਾਣ ਨੂੰ ਦਿੰਦੇ ਤੁਸੀਂ ਟੁੱਟ ਕੇ ਪੈ ਜਾਂਦੇ, ਉਹਨੇ ਦੇਖਿਓ ਦੇਖਿਓ ਨੇ ਇਹ ਦੇਖੀ ਮੈਂ ਕਾਲੇ ਵਾਲੇ ਨੇ ਲਗਾ ਛੀ ਛੀ। ਚਮੁੰਡਾ ਦੇਵੀ ਤੇ ਹੁਣ ਆਪਾਂ ਇਸ ਟਾਈਮ ਹੈਗੇ ਆ ਕਾਂਗੜਾ ਦੇਵੀ, ਤੇ ਹੁਣ ਆਪਾਂ ਇੱਥੇ ਮੱਥਾ ਮੁੱਥਾ ਟੇਕਦੇ ਆ, ਤੁਹਾਨੂੰ ਵੀ ਦਿਖਾਨੇ ਆ, ਅਗਰ ਕੈਮਰਾ ਨਹੀਂ ਅਲਾਊਡ ਹੋਏਗਾ ਤੇ ਤੁਹਾਨੂੰ ਪਤਾ ਹੀ ਆ ਤੁਹਾਡੇ ਅੰਕੂ ਨੇ ਕੁਛ ਨਾ ਕੁਛ ਕਾਰਨਾਮਾ ਕਰ ਹੀ ਦੇਣਾ। ਸੋ ਬੀ ਕਨੈਕਟਿਡ, ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚਲੋ ਚੱਲੀਏ ਮੰਦਿਰ। ਕੋਈ ਤੁਸੀਂ ਚੜ੍ਹਾਈ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਾ, ਤੇ ਇੱਥੇ ਨਾਨੀ ਮੰਮਾ ਦੀ ਹੋ ਚੁੱਕੀ ਆ ਬੱਸ, ਚਲੋ ਕੋਈ ਗੱਲ ਨਹੀਂ, ਹਿੰਮਤ ਰੱਖੋ, ਮਾਤਾ ਨੇ ਬੁਲਾਇਆ, ਚਲੋ ਹੱਥ ਫੜਦਾ। ਸੋ ਗਾਈਜ਼ ਬੱਸ ਹੁਣ ਥੋੜ੍ਹਾ ਜਿਹਾ ਰਹਿ ਗਿਆ ਵਾ, ਫਿਰ ਉੱਤੇ ਜਾ ਕੇ ਦਰਸ਼ਨ ਕਰਾਉਂਦੇ, ਤੁਹਾਨੂੰ ਵੀ ਪਸੀਨਾ ਉਹਨੂੰ ਦੇਖੋ ਕਿੰਨਾ ਆਇਆ। ਗਾਈਜ਼ ਪਤਾ ਨਹੀਂ ਅੰਦਰ ਸ਼ੂਟ ਕਰਨ ਦਿੰਦੇ ਕਿ ਨਹੀਂ, ਬਟ ਮੈਂ ਜਿੰਨਾ ਕੁ ਹੋ ਸਕੇ ਮੈਂ ਤੁਹਾਨੂੰ ਦਿਖਾ ਦਾਂਗਾ, ਤੇ ਘਰ ਬੈਠੇ ਦਰਸ਼ਨ ਕਰੋ ਮੇਰੇ ਸੱਜਣ ਮਿੱਤਰੋ। ਸੋ ਗਾਈਜ਼ ਮੰਦਰ ਮੱਥਾ ਟੇਕ ਲਿਆ, ਤੁਹਾਨੂੰ ਸਾਰਿਆਂ ਨੂੰ ਵੀ ਟਿਕਾ ਤਾ, ਪਰ ਦੇਖਦੇ ਹੀ ਦੇਖਦੇ ਇੰਨਾ ਜ਼ਿਆਦਾ ਰਸ਼ ਹੋਇਆ ਨਾ, ਮੈਂ ਪੂਰੀ ਆਰਤੀ ਅੰਦਰ ਸੁਣਨ ਡਿਆ ਸੀਗਾ, ਅਤੇ ਉੱਥੇ ਇੱਕ ਕੁੜੀ ਖੜੀ ਸੀਗੀ, ਉਹਨੂੰ ਮੈਂ ਕਿਹਾ ਕਿ ਮੈਂ ਵੀਡੀਓ ਵਗੈਰਾ ਸ਼ੂਟ ਕਰ ਸਕਦਾ, ਅਤੇ ਕਹਿੰਦੇ ਕਿ ਨਹੀਂ ਇਹ ਬੋਲਦੇ ਆ ਹੈ ਨਾ ਪੁਲਿਸ ਗਾਰਡ ਵਗੈਰਾ ਸੀਗਾ ਉੱਥੇ, ਅਤੇ ਫਿਰ ਉਸ ਤੋਂ ਬਾਅਦ ਉਹਨੇ ਮੈਨੂੰ ਵਟਸਐਪ ਕੀਤੀ, ਉਹ ਵੀ ਕਲਿੱਪ ਤੁਸੀਂ ਦੇਖੀ ਹੋਣੀ, ਅਤੇ ਫਿਰ ਐਂਡ 'ਚ ਜਾਂਦੇ ਜਾਂਦੇ ਭੀੜ ਦੇ ਵਿੱਚ ਮੈਂ ਇੱਕ ਕਲਿੱਪ ਹੋਰ ਸ਼ੂਟ ਕਰ ਲਈ ਸੀਗੀ। ਵੀ ਕੈਮਰਾ ਫਰੰਟ ਕੈਮਰੇ 'ਤੇ ਸ਼ੂਟ ਕਰ ਰਹੇ ਹੋ? ਉਹ ਯਾਰ ਮੈਨੂੰ ਹੁਣ ਕਰਨਾ ਪਿਆ ਮਰੈਕਲ ਮਿਰੇਕਲ ਮਰੈਕਲ ਬਿਸਕੁਟ ਖਾਣਾ ਮਿਰੇਕਲ ਮਰੈਕਲ। ਸੋ ਗਾਈਜ਼ ਇਹ ਦੇਖੋ ਰਸ਼, ਤੁਸੀਂ ਦੇਖਿਆ ਹੀ ਹੋਣਾ ਜਦੋਂ ਮੈਂ ਐਂਟਰ ਹੋਇਆ ਸੀਗਾ ਉਦੋਂ ਬਿਲਕੁਲ ਵੀ ਰਸ਼ ਨਹੀਂ ਸੀਗਾ, ਖਾਲੀ ਸੀਗਾ, ਹੁਣ ਦੇਖੋ ਅਚਾਨਕ ਹੀ ਕਿੰਨਾ ਰਸ਼ ਹੋ ਗਿਆ। ਮੰਮੀ ਹੁਣੀ ਕਿੱਥੇ? ਮਾਤਾ ਜੀ ਮੈਂ ਵੀ ਉਹਨਾਂ ਨੇ ਲੱਭਦਾ ਪਿਆ। ਸੋ ਗਾਈਜ਼ ਬਹੁਤ ਵਧੀਆ ਦਰਸ਼ਨ ਹੋ ਗਏ, ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਮੈਂ ਦਰਸ਼ਨ ਵਧੀਆ ਕਰਾਏ ਹੋਣੇ ਆ। ਸੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ। ਸੋ ਹੁਣ ਜਦੋਂ ਹੀ ਆਪਾਂ ਬਾਹਰ ਜਾਂਦੇ ਹਾਂ ਫਿਰ ਤੁਹਾਨੂੰ ਮਿਲਦੇ ਹਾਂ। ਸੋ ਗਾਈਜ਼ ਆਪਾਂ ਫਿਰ ਤੋਂ ਵਾਪਸ ਆਪਣੀ ਟੈਂਪੂ ਟਰੈਵਲ ਦੇ ਵਿੱਚ ਜਾਂਦੇ ਪਏ ਹਾਂ। ਸੋ ਉਹਨਾਂ ਕੈਸਾ ਲੱਗਾ? ਬਹੁਤ ਅੱਛਾ। ਵਾਈਬ ਅੱਛੀ ਆ ਰਹੀ ਦੇ ਨਾ? ਮੈਂ ਲਿਟਰਲੀ ਦੱਸਾਂ
ਵਾਕੀ ਇੰਨਾ ਮਤਲਬ ਉਹਨਾਂ ਨੇ ਸ਼ੰਕ ਵਗੈਰਾ ਵੀ ਵਜਾਇਆ, ਇੰਨਾ ਜ਼ਿਆਦਾ ਮਤਲਬ ਮਜ਼ਾ ਆਇਆ ਨਾ ਮਜ਼ਾ ਅੰਦਰ ਜਦੋਂ ਸ਼ੰਕ ਵੱਜਣ ਨੇ ਕਿੱਦਾਂ ਫੀਲ ਹੋਣ ਡੇ, ਮਜ਼ਾ ਆਉਣਾ ਨਾ, ਬਹੁਤ ਹੀ ਜ਼ਿਆਦਾ ਗੁੱਡ ਵਾਈ, ਬਹੁਤ ਹੀ ਜ਼ਿਆਦਾ। ਸੋ ਗਾਇਜ਼ ਹੁਣ ਤਾਂ ਆਪਾਂ ਫਟਾਫਟ ਚਲੀਏ, ਫਿਰ ਉਸ ਤੋਂ ਬਾਅਦ ਤੁਹਾਨੂੰ ਨੈਕਸਟ ਲੋਕੇਸ਼ਨ 'ਤੇ ਜਾ ਕੇ ਮਿਲਦੇ ਹਾਂ, ਉਹ ਤੁਸੀਂ ਸਾਰੇ ਜਣੇ ਦੇਖ ਸਕਦੇ ਪਿੱਛੇ ਆ ਰਹੇ ਆ। ਸੋ ਲੈਟਸ ਗੋ। ਸੋ ਗਾਇਜ਼ ਫਿਰ ਤੋਂ ਆਪਾਂ ਰੁਕ ਗਏ ਕਿਉਂਕਿ ਜਨਮਾਸ਼ਟਮੀ ਹੈ, ਜਨਮਾਸ਼ਟਮੀ ਕਰਕੇ ਆਪਾਂ ਲੱਡੂ ਜੀ ਲਈ ਆਪਣੇ ਸਮਾਨ ਲੈਣਾ ਵਾ। ਸੋ ਮੰਮੀ ਇੱਥੇ ਬਾਏ ਕਰਦੇ ਪਏ, ਹੈਗੀ ਪੋਸ਼ਾਕ ਦੇਖਣ ਨੇ ਲੱਡੂ ਜੀ ਤੋਂ, ਗਾਇਜ਼ ਉੱਧਰ ਵੀ ਦੇਖ ਰਿਹਾ, ਉੱਧਰ ਵੀ ਦੇਖ ਰਿਹਾ। ਸੋ ਤੁਸੀਂ ਵੀ ਦੇਖੋ, ਸੋ ਗਾਈਜ਼ ਕੁਆਲਿਟੀ ਥੋੜ੍ਹੀ ਜਿਹੀ ਅੱਜ ਘੱਟ ਆਉਂਦੀ ਵੀ ਫੋਨ ਦੀ, ਬਿਕੋਜ਼ ਫਰੰਟ ਕੈਮਰੇ ਤੋਂ ਸ਼ੂਟ ਕਰਦਾ ਮੈਂ, ਪਲੱਸ ਹਨੇਰਾ ਵੀ ਹੋ ਗਿਆ ਵਾ, ਅਤੇ ਮੰਮੀ ਹੁਣੀ ਪਿੱਛੇ ਸ਼ੋਪਿੰਗ ਵਗੈਰਾ ਕਰ ਰਹੇ ਆ, ਅਤੇ ਹੁਣ ਮੈਂ ਫਟਾਫਟ ਜਾ ਕੇ ਆਪਣੇ ਆਪਣੇ ਟੈਂਪੋ ਟਰੈਵਲ 'ਚ ਬੈਠਾ, ਫਿਰ ਤੁਹਾਨੂੰ ਅੱਗੇ ਦੀ ਪਲੈਨਿੰਗ ਦੱਸਦਾ। ਸੋ ਗਾਈਜ਼ ਆਪਾਂ ਪਹੁੰਚ ਚੁੱਕੇ ਹਾਂ ਬੰਗਲਾ ਮੁਖੀ ਅਤੇ ਜੈ ਮਾਤਾ ਦੀ, ਅਤੇ ਆਪਾਂ ਗਾਈਜ਼ ਐਕਚੁਲੀ ਮੰਮੀ ਉੱਥੇ ਗਵਾਚ ਗਏ ਸੀਗੇ ਤਾਂ ਕਰਕੇ ਥੋੜ੍ਹਾ ਜਿਹਾ ਲੇਟ ਹੋ ਗਏ, ਮੰਮੀ ਗਵਾਚ ਗਏ ਸੀਗੇ ਉੱਥੇ, ਅਤੇ ਇੱਥੇ ਹੁਣ ਆਪਾਂ ਆਪਣੇ ਸਲੀਪਰਸ ਵਗੈਰਾ ਉਤਾਰ ਦਈਏ, ਅਤੇ ਫਿਰ ਉਸ ਤੋਂ ਬਾਅਦ ਆਪਾਂ ਮੰਦਰ ਮੱਥਾ ਮੁੱਥਾ ਟੇਕੀਏ। ਯਹਾਂ ਪਰ ਟਰੈਵਲ ਕਰ ਕਰਕੇ ਇੰਨੀ ਜ਼ਿਆਦਾ ਬੱਸ ਹੋ ਗਈ ਹੈ ਨਾ ਕਿ ਵਲੋਗ ਸ਼ੂਟ ਕਰਨ ਦਾ ਹੀ ਨਹੀਂ ਮਨ ਕਰਦਾ ਪਿਆ, ਅੱਗੇ ਹੋਣੀ ਆ, ਬਹੁਤ ਜ਼ਿਆਦਾ ਟਰੈਵਲ ਕਰ ਲਿਆ ਹੈ ਕਿ ਨਹੀਂ ਮਾਂ। ਅੱਜ ਮੰਮੀ ਮੈਨੂੰ ਇੱਕ ਗੱਲ ਦੱਸਾਂ, ਅੱਜ ਇੱਥੇ ਹੀ ਰਹਿਣਾ ਵਾ, ਲਾਗੇ ਛਾਗੇ ਰਵਾਂਗੇ ਤੇ ਘਰ ਹੀ ਚੱਲ ਪੈਂਦੇ, ਇੱਕ ਵਾਰੀ ਰਾਤੀ ਲੇਟ ਪਹੁੰਚ ਜਾਾਂਗੇ, ਇੱਕ ਵਾਰੀ ਘਰ ਜਾ ਕੇ ਸੋ ਜਾਵਾਂਗੇ, ਫਿਰ ਆਰਾਮ ਨਾਲ ਆਪਣੇ ਹਿਸਾਬ ਨਾਲ ਉੱਠਾਂਗੇ। ਤੁਹਾਨੂੰ ਪਤਾ ਹੀ ਹੈ ਰੀਸੈਂਟਲੀ ਜਿਹੜੇ ਮੈਨੂੰ ਪਹਿਲਾਂ ਦੇ ਫੋਲੋ ਕਰਦੇ ਜਾਂ ਪਹਿਲਾਂ ਦੇ ਚਾਹਣ ਵਾਲੇ ਮੇਰੇ, ਕਾਫੀ ਟਾਈਮ ਪਹਿਲਾਂ 4-5 ਮਹੀਨੇ ਪਹਿਲਾਂ ਕਿਸੇ ਨੇ ਮਤਲਬ ਸਟੋਰੀਆਂ ਪਾਈਆਂ ਕਿ ਪੈਸੇ ਪੂਸੇ ਆ, ਜਦੋਂ ਮੈਂ ਮੰਮੀ ਨੇ ਦੱਸਿਆ ਸੀ ਤੁਹਾਨੂੰ ਸਾਰਾ ਹੈ ਨਾ, ਤੇ ਕਿਸੇ ਨੇ ਸਟੋਰੀ ਪਾਈ ਕਿ ਮੈਂ ਪੈਸੇ ਮੰਗਦਾ ਲੋਕਾਂ ਕੋਲ ਨਾ ਇੱਦਾਂ ਉੱਦਾਂ। ਦੇਖੋ ਜੀ, ਮੈਂ ਇੱਥੇ ਮੰਦਿਰ 'ਚ ਖੜੀ ਹਾਂ, ਠੀਕ ਹੈ, ਮੰਦਿਰ 'ਚ ਖੜੀ ਹੋ ਕੇ ਜਿਸ ਮਾਈ ਦੇ ਮੰਦਿਰ 'ਚ ਖੜੀ ਹੈ, ਜਿਹਨਾਂ ਨੂੰ ਨੌਲੇਜ ਹੈ ਨਾ ਇਹਨਾਂ ਦੀ, ਇਹ ਇੱਦਾਂ ਦੀ ਹੈ ਨਾ, ਇੱਦਾਂ ਦੇ ਨਾ ਇੰਨੀ ਜਿਹੀ ਗੱਲ ਨਹੀਂ ਬਰਦਾਸ਼ਤ ਕਰਦੇ, ਮਤਲਬ ਬਹੁਤ ਭਾਰੀ ਜਗ੍ਹਾ ਆ। ਸੋ ਮੈਂ ਇੱਥੇ ਇੱਕ ਗੱਲ ਲਾਈਵ ਹੋ ਕੇ ਕਹਿੰਦੀ ਪਈ ਹਾਂ, ਅਗਰ ਮੇਰੇ ਬੱਚੇ ਨੇ ਕਦੀ ਇੱਦਾਂ ਦਾ ਕੰਮ ਜਾਂ ਸਾਡੇ ਪਰਿਵਾਰ 'ਚੋਂ ਕਦੀ ਕਿਸੇ ਨੇ ਕਿਸੇ ਕੋਲ ਪੈਸੇ ਲੈਣੇ ਖਾਣੇ ਜਾਂ ਕੁਛ ਇੱਦਾਂ ਦਾ ਕੰਮ ਵੀ, ਉਹ ਪਰਮਾਤਮਾ ਦੀ ਮਿਹਰ ਹੈ, ਜਿੰਨਾ ਖਾਂਦੇ ਨਾ ਇੱਜ਼ਤ ਨਾਲ ਖਾਂਦੇ ਹਾਂ। ਜਿਸ ਇਨਸਾਨ ਕਾਰਨ ਇਹ ਸਭ ਕੁਛ ਹੁੰਦਾ ਪਿਆ ਨਾ, ਉਹ ਇਨਸਾਨ ਨੂੰ ਆਪਾਂ ਮੂੰਹ ਨਹੀਂ ਲਾਉਂਦੇ, ਉਹਨੂੰ ਬਾਈਕਾਟ ਕੀਤਾ ਹੈ ਕਿ ਮੇਰੇ ਘਰ ਨਾ ਬੜੇ, ਮੇਰਾ ਕੋਈ ਲੈਣਾ ਦੇਣਾ। ਉਸ ਇਨਸਾਨ ਨੇ ਸਾਡੀ ਇੰਨੀ ਕੁ ਇਮੇਜ ਖਰਾਬ ਕੀਤੀ ਨਾ ਸਾਰੇ ਪਾਸੇ, ਔਰ ਬਕਾਇਦਾ ਉਸ ਚੀਜ਼ ਵਾਸਤੇ ਆਪਾਂ ਵਲੌਗ ਬਣਾ ਕੇ ਪੋਸਟ ਕੀਤਾ ਕਿ ਸਾਨੂੰ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਜਿਹੜਾ ਲੈਣ ਦੇਣ ਕਰੇਗਾ ਉਹ ਜ਼ਿੰਮੇਦਾਰ ਹੋਏਗਾ, ਠੀਕ ਹੈ। ਅੱਜ ਕੋਈ ਰੋਸਟ ਕਰਨ ਡਿਆ ਮੇਰੇ ਮੁੰਡੇ ਦੇ ਨਾਂ ਵਿੱਚ ਲੈਣ ਡਿਆ ਕਿ ਉਹ ਪੈਸੇ ਖਾਂਦਾ ਹੈ, ਮੇਰੀ ਗੱਲ ਸੁਣੋ, ਆਪਾਂ ਮਿਹਨਤ ਦਾ ਖਾਂਦੇ ਹਾਂ, ਠੀਕ ਹੈ। ਸੋ ਰੱਬ ਦੀ ਇੰਨੀ ਕੁ ਮਿਹਰ ਆ ਨਾ, ਆਪਾਂ ਚੰਗਾ ਖਾਂਦੇ ਪਏ, ਚੰਗਾ ਲਾਉਂਦੇ ਪਏ, ਕਿਉਂਕਿ ਆਪਾਂ ਮਿਹਨਤ ਕਰਦੇ ਪਏ ਹਾਂ। ਅਤੇ ਜਿਹੜੇ ਠੱਗੀਆਂ ਚੋਰੀਆਂ ਕਰਦੇ ਜਾਂ ਮੇਰੇ ਮੁੰਡੇ ਦਾ ਨਾਮ ਯੂਜ਼ ਕਰਦੇ ਆ ਨਾ, ਇਹ ਜਿੱਥੇ ਮੈਂ ਬੈਠੀ ਹਾਂ ਨਾ, ਇਹੀ ਭੁਗਤੇਗੀ ਅਤੇ ਇਹੀ ਉਹਦੇ ਅੱਗੇ ਲੈ ਕੇ ਆਏਗੀ। ਮੈਂ ਕਿਸੇ ਨੂੰ ਬਦਦੁਆ ਦਿੰਦੀ ਪਈ, ਮੈਂ ਇਹ ਕਹਾਂਗੀ ਕਿ ਜੇ ਅਸੀਂ ਕਿਸੇ ਨਾਲ ਗਲਤ ਕੀਤਾ ਤਾਂ ਅਸੀਂ ਭੁਗਤਾਂਗੇ, ਜੇ ਅਸੀਂ ਨਹੀਂ ਕੀਤਾ ਨਾ, ਜਿਹੜਾ ਇਨਸਾਨ ਜਿਸ ਇਨਸਾਨ ਦੇ ਕਰਕੇ ਸਾਡੇ ਨਾਲ ਸਭ ਕੁਛ ਹੁਣ ਤੱਕ ਹੁੰਦਾ ਪਿਆ ਨਾ, ਤਾਂ ਮਹਾਮਾਰੀ ਹੈ ਫਿਰ ਬਸ। ਤਾਂ ਪਲੀਜ਼ ਮੈਂ ਹੱਥ ਜੋੜ ਕੇ ਰਿਕੁਐਸਟ ਕਰਦੀ ਹਾਂ ਕਿ ਆਪਾਂ ਵਲੋਗ ਵੀ ਪੋਸਟ ਕੀਤਾ ਹੋਇਆ, ਆਪਾਂ ਸਭ ਨੂੰ ਸਾਰੀ ਗੱਲ ਵੀ ਦੱਸ ਮਤਲਬ ਸਟੋਰੀ ਵੀ ਦੱਸੀ ਹੋਈ ਹੈ ਕਿ ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਇਸ ਕਰਕੇ ਇਹ ਚੀਜ਼ਾਂ ਪਾਣੀਆਂ ਬੰਦ ਕਰੋ। ਚਲੋ ਛੱਡੋ, ਮੈਂ ਇਹੀ ਕਹਾਂਗਾ, ਆਈਡੀ ਜ਼ਰੂਰ ਮੇਰੀ ਸੀਗੀ, ਬਟ ਕਮੈਂਟ ਆਉਂਦੇ ਸਾਨੂੰ ਹੁਣ ਤੱਕ ਮੈਸੇਜ ਆਉਂਦੇ ਆ, ਪੈਸੇ ਖਾ ਲੈ, ਪੈਸੇ ਲੈ ਲਓ ਯਾਰ, ਪੈਸੇ ਤੁਸੀਂ ਦਿੰਦੇ ਹੋ, ਅਗਲਾ ਤੁਹਾਡੇ ਕੋਲ ਮੰਗਦਾ, ਅਗਲਾ ਪੈਸੇ ਮੰਗਦਾ, ਤੁਸੀਂ ਦਿੰਦੇ ਹੋ, ਤੁਹਾਨੂੰ ਅੰਕੂ ਥੋੜ੍ਹੀ ਕਹਿੰਦਾ ਕਿ ਤੁਸੀਂ ਉਹਨੂੰ ਪੈਸੇ ਦਵੋ, ਠੀਕ ਹੈ। ਅਗਲਾ ਇੱਕ ਨੰਬਰ ਦਾ ਕੰਮ ਕਰੇਗਾ, 10 ਨੰਬਰ ਦਾ ਕੰਮ ਕਰੇਗਾ, ਸਾਡਾ ਕੀ ਲੈਣਾ ਦੇਣਾ, ਸਾਡਾ ਕੰਮ ਹੈ ਵਲੋਗਿੰਗ ਕਰਨਾ,
ਸਾਡਾ ਕੰਮ ਹੈ ਮਿਹਨਤ ਕਰਨਾ, ਤੋ ਸਾਡੇ ਨਾਲ ਉਹਦੀ ਗੱਲ ਕਰੋ। ਸੋ ਪਲੀਜ਼ ਮੰਦਰ ਚ ਬੱਤੀ ਮੱਥੇ ਨੂੰ ਲੱਗਦੀ ਪਈ ਹੈ ਮਾਤਾ ਦੇ ਮੰਦਰ ਆ। ਮੈਂ ਜੇ ਭਾਵਾਂ ਮੇਰੀ ਆਈ ਡੀ ਦੇ ਸਕਰੀਨਸ਼ੋਟ ਆ, ਪਰ ਉਹ ਚੈਟ ਨਾ ਮੇਰੀ ਹੈਗੀ ਹੈ, ਨਾ ਮੈਂ ਕੀਤੀ ਹੈ। ਇਹ ਜਿਹਨ ਚੈਟ ਕੀਤੀ ਹੋਈ ਆ ਉਹਨੂੰ ਪਤਾ ਵਾ, ਉਹ ਵੀ ਮੇਰੇ ਵਲੋਗ ਦੇਖਦਾ, ਹਾਲਾਂਕਿ ਮੈਨੂੰ ਸਬਸਕ੍ਰਾਈਬ ਨਹੀਂ ਕਰਦਾ। ਠੀਕ ਹੈ ਨਾ, ਸਟੋਰੀਆਂ ਪਾਉਂਦੇ ਪਏ ਜਾਂ ਗੱਲਾਂ ਕਰਦੇ ਪਏ ਨਾ, ਮੈਨੂੰ ਪ੍ਰੂਫ ਦੱਸਣ ਕਿ ਅੰਕੁਰ ਦਾ, ਅੰਕੁਰ ਨੇ ਕਿਸੇ ਨਾਲ ਗੱਲ ਕੀਤੀ, ਅੰਕੁਰ ਨੇ ਕਿਸੇ ਕੋਲ ਪੈਸੇ ਮੰਗੇ, ਅੰਕੁਰ ਦੀ ਕੋਈ ਰਿਕਾਰਡਿੰਗ, ਅੰਕੁਰ ਦਾ ਕੋਈ ਗੂਗਲ ਪੇ ਨੰਬਰ, ਅੰਕੁਰ ਦਾ ਕੋਈ ਮਤਲਬ ਕੋਈ ਲੈਣ ਦੇਣ ਦਾ ਸਿਸਟਮ। ਇਸ ਕਰਕੇ ਨਾ ਜਿਹੜਾ ਇਨਸਾਨ ਕਰਦਾ ਨਾ ਪੈਸੇ, ਉਹ ਮੰਗਦਾ ਤੁਹਾਡੇ ਕੋਲ, ਤੁਸੀਂ ਪੈਸੇ ਦਿੰਦੇ ਹੋ, ਉਹ ਮੰਗਦਾ ਹੈ ਵਿੱਚ ਅੰਕੂ ਕਿੱਥੋਂ ਆ ਗਿਆ। ਸਾਨੂੰ ਜਦੋਂ ਪਤਾ ਲੱਗਿਆ ਅਸੀਂ ਬਾਈਕਾਟ ਕਰਤਾ, ਹੱਥ ਜੋੜ ਤੇ ਪਈ, ਤੁਸੀਂ ਵੱਡੇ ਬੰਦੇ ਹੋ, ਅਸੀਂ ਇੱਦਾਂ ਦਾ ਕੰਮ ਨਹੀਂ ਕਰ ਸਕਦੇ। ਅਸੀਂ ਉਦੋਂ ਦਾ ਵਲੋਗ ਬਣਾ ਕੇ ਪਾਇਆ, ਹਾਂ ਮਾਫ਼ੀ ਮੰਗੀ ਹੋਈ ਹੈ ਕਿ ਬਈ ਸਾਨੂੰ ਨਹੀਂ ਇੱਦਾਂ ਦੇ, ਇੱਦਾਂ ਦਾ ਸਿਸਟਮ, ਇੱਦਾਂ ਦਾ ਫਰੈਂਡ ਸਰਕਲ ਨਹੀਂ ਚਾਹੀਦਾ। ਬਟ ਸਾਨੂੰ ਹੁਣ ਤੱਕ ਗੱਲਾਂ ਸੁਣਨੇ ਪੈਣਗੀਆਂ, ਹੁਣ ਤੱਕ ਮੈਸੇਜ ਲੋਕ ਕਰਦੇ ਆ ਸਾਡਾ ਇੰਨੇ ਪੈਸੇ ਲੈ ਲਿਆ ਕਿ ਤੁਸੀਂ ਦਿੰਦੇ ਕਿਉਂ ਹੋ ਫਿਰ। ਅਗਰ ਦਿੰਦੇ ਹੋ, ਜਦੋਂ ਦਿੰਦੇ ਹੋ ਤਾਂ ਸਾਨੂੰ ਪੁੱਛਦੇ ਹੋ, ਸਾਡੇ ਨਾਲ ਗੱਲ ਕਰਦੇ ਹੋ। ਜਦੋਂ ਸਾਨੂੰ ਪੁੱਛਿਆ ਨਹੀਂ, ਸਾਨੂੰ ਨਾ ਕੋਈ ਸਲਾਹ ਨਹੀਂ, ਤਾਂ ਜਦੋਂ ਅਗਲਾ ਤੁਹਾਡੇ ਪੈਸੇ ਮਾਰ ਲੈਂਦਾ ਨਹੀਂ ਦਿੰਦਾ, ਤਾਂ ਫਿਰ ਸਾਡਾ ਨਾਂ ਲੈ ਕੇ ਕਿਉਂ ਨਹੀਂ ਸਾਨੂੰ ਹੋਸਟ ਕਰਦੇ ਹੋ, ਸਾਡਾ ਕੀ ਲੈਣਾ ਦੇਣਾ। ਚਲੋ ਛੱਡੋ, ਖੈਰ ਬਾਕੀ ਉਹ ਬਾਈ ਮਤਲਬ ਵਧੀਆ ਵਾ, ਉਹਨੇ ਮੈਨੂੰ ਕਿਹਾ ਕੋਈ ਨਹੀਂ ਤੁਸੀਂ ਮੈਨੂੰ ਭੇਜ ਦਿਓ। ਮਤਲਬ ਉਹਨੂੰ ਮੰਮੀ ਜਦੋਂ ਉਹਨੇ ਮਤਲਬ ਸਟੋਰੀ ਪਾਈ ਨਾ, ਤੈਨੂੰ 15-20 ਮੈਸੇਜ ਆਏ ਹੋਣੇ ਕਿ ਅੰਕੂ ਇੱਦਾਂ ਦਾ ਨਹੀਂ ਹੈਗਾ, ਅੰਕੂ ਇੱਦਾਂ ਦਾ ਨਹੀਂ ਹੈਗਾ, ਅਤੇ ਉਹਨੇ ਕਿਹਾ ਸੀਗਾ ਕਿ ਮੈਨੂੰ ਲਾਈਵ ਪਰੂਫ ਹੋਣ ਤਾਂ ਮੈਂ ਫੇਰ ਹੀ ਕਿਸੇ ਬਾਰੇ ਰੋਸਟ ਕਰਦਾ ਵਾਂ ਜੇ ਵੋ, ਅਤੇ ਬਾਕੀ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਪਰੂਫ ਦੇਖ ਲਓ, ਬਾਕੀ ਮੈਂ ਆਪ ਉਹਨੂੰ ਕਿਹਾ ਜਿਸ ਇਨਸਾਨ ਨੇ ਪੈਸੇ ਲਏ ਆ ਪਹਿਲਾਂ ਉਹਨੂੰ ਦੱਸੋ ਕਿ ਤੇਰੀ ਅੰਕੂ ਨਾਲ ਗੱਲ ਹੋਈ। ਬਿਲਕੁਲ, ਮੇਰੀ ਰਿਪੋਰਟਿੰਗ, ਮੇਰਾ ਸਕੈਨਰ, ਮੈਂ ਆਪੇ ਮੰਗੇ। ਪਤਾ ਕੀ ਸਾਡੀ ਬੇਵਕੂਫੀ ਹੈ ਕਿ ਅਸੀਂ ਕਿਸੇ ਨੂੰ ਆਪਣਾ ਮੰਨ ਕੇ ਆਪਣੇ ਘਰ ਦੇ ਵਿੱਚ, ਹੁਣ ਮੈਂ ਗੱਲ ਨਹੀਂ ਕਰਨਾ ਚਾਹੁੰਦੀ, ਮੈਂ ਤਾਂ ਇਹ ਟੌਪਿਕ ਨੂੰ ਛੇੜਦਾ ਨਹੀਂ ਪਿਆ, ਇਗਨੋਰ ਕਰੋ, ਮੰਦਰ ਆਇਆ ਮੱਥਾ ਟੇਕਦਾ, ਚਿੱਲ ਕਰਦਾ ਮੈਂ। ਸਾਰਿਆਂ ਨੂੰ ਜੈ ਮਾਤਾ ਦੀ, ਬਾਕੀ ਮੈਂ ਹੀ ਕਹਾਂਗਾ ਜੋ ਕਰੇਗਾ ਉਹ ਇੱਥੇ ਭਰੇਗਾ, ਮੈਂ ਕਰਾਂਗੀ ਤੇ ਮੈਂ ਭਰਾਂਗੀ, ਜੇ ਕੋਈ ਭਰੇਗਾ ਤੇ ਕੋਈ ਕਰੇਗਾ। ਮੈਨੂੰ ਕਿਸੇ ਨਾਲ ਝੂਠ ਬੋਲਣ ਦੀ ਲੋੜ ਨਹੀਂ, ਬਾਕੀ ਸਾਰੇ ਜਣੇ ਮੱਥਾ ਟੇਕੋ, ਅੰਦਰ ਮੈਂ ਸ਼ੂਟ ਕਰਾ ਸਕਦਾ ਕਿ ਨਹੀਂ ਇਹ ਤੁਸੀਂ ਦੇਖੋ। ਨਹੀਂ ਕਰਨਾ ਅੰਦਰ ਸ਼ੂਟ, ਪੱਕੀ ਗੱਲ ਹੈ, ਕੈਮਰਾ ਬੰਦ ਕਰੋ। ਓਕੇ, ਸੋ ਗਾਈਸ ਅੰਦਰ ਸ਼ੂਟ ਨਹੀਂ ਕਰਨਾ ਯਾਰੀ। ਸੋ ਗਾਈਸ ਮੱਥਾ ਆਪਾਂ ਟੇਕ ਲਿਆ, ਦਰਸ਼ਨ ਵੀ ਤੁਹਾਨੂੰ ਸਾਰਿਆਂ ਨੂੰ ਚੋਰੀ ਚੋਰੀ ਮੈਂ ਕਰਾ ਤੇ ਆ, ਤੇ ਇੱਥੇ ਦੇਖੋ ਮਾਈ ਦੀ ਜੋਤ ਜੱਗੀ ਹੋਈ ਆ। ਸੋ ਗਾਈਸ ਜਵਾਲਾ ਜੀ ਆਪਾਂ ਪੁੱਜ ਚੁੱਕੇ ਹਾਂ, ਅਤੇ ਹੁਣ ਇੱਥੇ ਰੂਮ ਵਗੈਰਾ ਦੇਖਣ ਲੱਗੇ ਸੀਗੇ। ਸੋ ਰੂਮ ਦੇਖਦੇ ਹਾਂ ਪਹਿਲਾਂ, ਅਗਰ ਪਸੰਦ ਆਉਂਦਾ ਤਾਂ ਠੀਕ ਹੈ, ਨਹੀਂ ਤਾਂ ਹੋਰ ਕਿਤੇ ਦੇਖਦੇ ਹਾਂ। ਮੇਰੇ ਸਹੀ ਹੈ ਰੂਮ, ਰਾਤ ਕੱਢਣ ਲਈ ਨਾ। ਸੋ ਗਾਈਸ ਏਸੀ ਕਹਿੰਦੇ ਦਾੜੀ ਮਾਰੋ ਫਿਰ ਹੁਣ ਹੋਣਾ, 5 ਮਿੰਟ ਬਾਅਦ ਹੋਣਾ ਬਾਹਰ ਅੰਦਰ ਤੂੰ ਚੜੇ ਗਿਆ ਲੋ। ਸੋ ਗਾਈਸ ਵਾਸ਼ਰੂਮ ਕੁਛ ਇਸ ਟਾਈਪ ਦਾ ਵਾ, ਅਤੇ ਇੱਦਾਂ ਦਾ ਕੁਛ ਹੈਗਾ ਵਾ। ਹੋਰ ਵੀ ਰੂਮ ਦੇਖ ਲਈ, 1000 ਦਾ ਰੂਮ ਮਿਲਦਾ ਵੀ ਵੈਸੇ, ਪਰ ਰਾਤ ਹੀ ਕੱਢਣੀ ਉਸ ਤੋਂ ਬਾਅਦ। ਭਾਜੀ ਇਹ ਰੂਮ ਹੈ ਸਾਡਾ, ਦੇਖੋ ਮੈਂ ਤਾੜੀ ਮਾਰੀ ਹੈ ਨਾ, ਉਦੋਂ ਲੈ ਅਸੀਂ ਚਲਦੇ ਹਾਂ। ਹਾਂ ਯਾਰ, ਕੁਲਿੰਗ ਤਾਂ ਹੈਗਾ ਮੇਰੀ ਤਾੜੀ ਦਾ ਕਮਾਲ, ਬਟ ਇਹ ਦੇਖਣਾ ਕਿੱਦਾਂ ਚੋ ਭਾਈ। ਅੱਛਾ ਮੇਰੀ ਗੱਲ ਸੁਣੋ, ਆਪਾਂ ਕਿੱਦਾਂ ਸੋਣਾ ਹੈ, ਇੱਦਾਂ ਕਰਦਾ ਸੋਣਾ, ਆਰਾਮ ਨਾਲ ਸੋਣਾ, ਆਪਾਂ ਚਿਲ ਕਰੋ ਆਪਣਾ ਬੈੱਡ। ਮੇਨ ਹੁੰਦਾ ਕਿ ਬੈੱਡ ਸਾਫ਼ ਹੋਣਾ ਚਾਹੀਦਾ, ਬੈੱਡ ਸਾਫ਼। ਸਮੈਲ ਆਉਂਦੀ ਵੀ ਤੁਹਾਨੂੰ ਫਿਰ ਉਹ ਵੀ ਬੈੱਡ ਹੀ ਨਾ ਆਉਂਦੀ ਆ, ਤਾਂ ਲਾਣੀ ਕਮਰੇ ਚੋ ਸਮੈਲ ਨਹੀਂ, ਮੈਨੂੰ ਵੀ ਨਹੀਂ ਆਉਂਦੀ ਕਲੀਅਰ। ਬਸ ਠੀਕ ਹੈ ਫਿਰ ਗਾਈਸ, 1000 ਦੇ ਹਿਸਾਬ ਨਾਲ ਠੀਕ ਹੈ, ਤੇ ਬਾਕੀ ਆਪਾਂ ਰਾਤ ਹੀ ਕੱਢਣੀ ਹੈ। ਸਵੇਰੇ ਆਪਾਂ ਜਾਣਾ ਵਾ ਮਾਂ ਚਿੰਤਪੁਰਨੀ ਜੀ ਕੋ, ਯੈਸ।
ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਘਰ ਬੈਠੇ ਬੈਠੇ ਮੈਂ ਦਰਸ਼ਨ ਕਰਾ ਰਿਹਾ। ਕਿੱਦਾਂ ਸਾਰੇ ਜਣੇ ਮਤਲਬ ਵਧੀਆ ਤਰੀਕੇ ਨਾਲ ਇੰਜੋਏ ਕਰ ਰਹੇ ਹੋ? ਅਗਰ ਕਰ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ, ਪਲੱਸ ਕਮੈਂਟਾਂ ਦੇ ਵਿੱਚ ਲਿਖ ਦਿਓ ਜੈ ਮਾਤਾ ਦੀ। ਹੁਣ ਆਪਾਂ ਚੱਲੀਏ ਵਾਪਸ ਆਪਣੀ ਪਾਰਕਿੰਗ 'ਚ, ਸਾਰਾ ਸਮਾਨ ਚੱਕ ਕੇ ਲਿਆਈਏ ਅਤੇ ਫਿਰ ਆਪਾਂ ਬਹਿੰਦੇ ਰੂਮ ਦੇ ਵਿੱਚ। ਯਾਰ ਇੱਕ ਇੱਦਾਂ ਦੀ ਕੁੜੀ ਆ, ਉਹਨੇ 1200 ਕਿਹਾ ਸੀਗਾ, ਫਿਰ 1000 ਤੇ ਹੀ ਹੁਣ ਕਹਿੰਦੀ 200 ਲੈ ਲਓ। ਭਈਆ ਕੋ ਰੂਮ ਲੈਣੇ ਨਹੀਂ ਆਤੇ, ਇਸ ਕੇ ਲਈ ਮਮਾ ਮੁਝੇ ਬੇਟਾ ਐਂਟਰੀ ਕਰਵਾ ਦੋ ਬੜੇ ਭਈਆ, ਬੁੱਕ ਕਰਵਾ ਦੋ ਤਾਂ ਭਈਆ। 900 ਬਰਾਬਰ ਹੈ, ਇਕਦਮ ਜਾਇਜ਼ ਹੋ ਗਈ ਆਪਕੇ ਲਈ ਪ੍ਰਾਈਸ ਲਗਾ ਰਹੇ ਭਈਆ। ਮੇਰੇ ਪਾਸ ਓਨਲੀ 4 ਰੂਮ ਸੀ ਅਵੇਲੇਬਲ ਹੈ, ਇਹ ਕਰਕੇ ਮੈਂ ਆਪਕੋ ਲਗਾ ਰਹੀ ਹੂੰ 3800। ਨਹੀਂ ਨਹੀਂ ਇਕਦਮ ਜਾਇਜ਼ ਹੀ ਬੋਲ ਦਿਆ, 150 ਕੇ ਪਿੱਛੇ ਕਿਹਾ ਮੈਂ ਭਈਆ। 3800 ਸਹੀ ਹੈ ਭਈਆ, 3800 ਸਹੀ ਹੈ। ਥੋੜਾ ਯਾਰ ਆਪਾਂ ਹੁਣ ਮੈਂ ਪਹਿਲਾਂ ਪ੍ਰੂਫ ਵਗੈਰਾ ਦੇ ਦਾਂ ਫਿਰ ਤੁਹਾਨੂੰ ਮਿਲਦਾ। ਸੋ ਗਾਇਜ਼ ਇੱਥੇ ਆਪਾਂ ਹੁਣ ਸਾਰੀ ਫੈਮਿਲੀ ਕਰਨ ਲੱਗੇ ਹਾਂ ਡਿਨਰ, ਤੇ ਮੁਕੇਸ਼ ਭਾਈ ਵੀ ਇੱਧਰ ਬੈਠੇ ਹੋਏ ਆ। ਸੇ ਹੁਣ ਮੈਂ ਪਹਿਲਾਂ ਪਾਣੀ ਪੀਵਾਂਗਾ, ਫਿਰ ਮੈਂ ਖਾਵਾਂਗਾ ਰੋਟੀ। ਰੋਟੀ ਦੇ ਵਿੱਚ ਸੋ ਗਾਇਜ਼ ਰੋਟੀ ਦੇ ਵਿੱਚ ਹੈਗੀ ਆ ਰਾਜਮਾ, ਮਿਕਸ ਵੈਜ, ਜੀਰਾ ਆਲੂ, ਜੀਰਾ ਨਿਕਲਾ ਵੀ ਨਹੀਂ ਹੋ ਗਿਆ ਪੂਰਾ। ਓਕੇ ਭਾਈ ਖਾ ਲਓ। ਸੋ ਹੁਣ ਰੋਟੀ ਰੋਟੀ ਖਾ ਲਈਏ ਫਿਰ ਜਿੱਦਾਂ ਤੁਹਾਨੂੰ ਮਿਲਦਾ ਰੂਮ 'ਚ ਜਾ ਕੇ। ਸੋ ਗਾਇਜ਼ ਖਾਣਾ ਵਗੈਰਾ ਖਾ ਕੇ ਤੇ ਹੁਣ ਮਤਲਬ ਪ੍ਰੋਪਰ ਨੀਂਦ ਆਉਂਦੀ ਵੀ ਇੰਨੀ ਕੁ ਜ਼ਿਆਦਾ, ਮੈਂ ਕੀ ਦੱਸਾਂ ਤੁਹਾਨੂੰ। ਪੂਰਾ ਦਿਨ ਟਰੈਵਲ ਕੀਤਾ ਯਾਰ ਅੱਜ ਨਾ, ਤੇ ਪਿੱਛੇ ਸਾਡੇ ਮੰਦਰ ਆ 500 ਮੀਟਰ ਤੇ। ਸਵੇਰੇ ਜਦੋਂ ਵੀ ਉੱਠਾਂਗੇ ਚੈੱਕਆਊਟ ਵੱਲੇ ਹੈ ਨਾ, ਮੱਥਾ ਟੇਕ ਕੇ ਫਿਰ ਮਾਤਾ ਚਿੰਤਪੁਰਨੀ ਮੱਥਾ ਟੇਕਾਂਗੇ, ਦੈਨ ਉਸ ਤੋਂ ਬਾਅਦ ਚੱਲਾਂਗੇ ਆਰਾਮ ਨਾਲ ਘਰ, ਕਿਉਂਕਿ ਬਹੁਤ ਦਿਨ ਹੋ ਗਏ ਟਰੈਵਲ ਕਰ ਕਰਕੇ। ਹੁਣ ਤਾਂ ਸਰੀਰ ਵੀ ਮਤਲਬ ਇੱਦਾਂ ਹੁੰਦਾ ਵਾ ਕਿ ਰੈਸਟ ਚਾਹੀਦੀ ਪ੍ਰੋਪਰ। ਅਤੇ ਅੰਸ਼ੂ ਇੱਧਰ ਕਿਤੇ ਆਇਆ ਸੀਗਾ ਦੁੱਧ ਵਗੈਰਾ ਲੈਣ, ਚਾਹ ਚੁੱਕੀ ਇੰਨਾ ਮਨ ਸੀਗਾ। ਸੋ ਹੁਣ ਮਾਨਸੂ ਕੋ ਜਾ ਕੇ ਫਿਰ ਤੁਹਾਨੂੰ ਮਿਲਦਾ ਵਾ। ਸੋ ਗਾਈਜ਼ ਇਹ ਵਾਲੀਆਂ ਸ਼ੋਪ ਜੋ ਕਿ 24/7 ਉੱਪਰ ਆਉਂਦੀ ਹੈ, ਅਤੇ ਇੱਥੇ ਹੁਣ ਮੈਂ ਆਇਆ ਅਤੇ ਅੰਸ਼ੂ ਬਿਸਕੁਟ ਖਿਲਾਉਂਦਾ ਵਾ ਦੋਨੋਂ। ਯਾਰ ਭਾਈ ਪਹਿਲਾਂ ਛੋਣਾ ਉੱਧਰ ਲੁਕਤਾ, ਮੈਂ ਆ ਕਾਲਾ ਵਾਲਾ, ਅੱਛਾ ਲਈ ਤੁਸੀਂ ਹੋ। ਅੱਛਾ ਜਦੋਂ ਮੇਰੇ ਘਰ 'ਚ ਮੈਨੂੰ ਕੁਝ ਖਾਣ ਨੂੰ ਦਿੰਦੇ ਤੁਸੀਂ ਟੁੱਟ ਕੇ ਪੈ ਜਾਂਦੇ ਉਹਨੂੰ, ਦੇਖਿਓ ਦੇਖਿਓ ਹੁਣ ਇਹ ਦੇਖਿਓ ਮੈਂ ਕਾਲੇ ਵਾਲੇ ਨੇ ਲੱਗਾ। ਹੁਣ ਪਿਆ ਹੁਣ ਉਹ ਦੇਖ ਦੇਖ ਕੇ ਧਿਆਨ ਪੈਣਾ ਚਾਹੀਦਾ ਉਹਦਾ ਫਰਕ। ਅਗਰ ਤੁਸੀਂ ਨੈਕਸਟ ਵਲੌਗ ਦੇ ਵਿੱਚ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਬਾਏ ਬਾਏ, ਟੇਕ ਕੇਅਰ, ਲਵ ਯੂ ਆਲ।